நாலே பத்து ਭੂਆ ਜੀ ਐਵੇਂ ਖਰਚਾ ਕੀਤਾ ਤੁਸੀਂ ਪੁੱਤ ਰੱਖ ਕਿਉਂ ਇੰਨਾ ਕਹੀ ਜਾਂਦਾ ਕੀ ਲੋੜ ਸੀ ਇਹਦੀ ਕੋਈ ਗੱਲ ਨਹੀਂ ਜੇ ਭੂਆ ਜੀ ਕਹਿਣ ਦੇ ਤਾਂ ਰੱਖ ਲਓ ਹੁਣ ਇੰਨੇ ਪਿਆਰ ਨਾਲ ਤਾਂ ਲੈ ਕੇ ਆਏ ਆ ਉਹ ਆਹੋ ਐਵੇਂ ਭੂਆ ਜੀ ਕੀ ਲੋੜ ਸੀ ਇਹਦੀ ਐਵੇਂ ਖਰਚਾ ਕੀਤਾ ਤੁਸੀਂ ਕੋਈ ਗੱਲ ਨਹੀਂ ਨਾਲੇ ਸੰਦੀਪ ਤੇਰੇ ਵਾਸਤੇ ਭੂਆ ਜੀ ਰਹਿਣ ਦਿੰਦੇ ਇੱਕੋ ਗਿਫਟ ਬਹੁਤ ਹੀ ਆਉਂਦੇ ਤਾਂ ਉਹਦਾ ਆਈਫੋਨ ਆ ਤੇਰੀ ਤੇ ਵਾਚ ਲਿਆਂਦੀ ਆ ਤੂੰ ਕੋਈ ਇਦਾਂ ਕਰੀ ਜਾਂਦੀ ਆ ਰੱਖੋ ਭੂਆ ਜੀ ਐਵੇਂ ਖਰਚਾ ਕੀਤਾ ਤੁਸੀਂ ਮੈਂ ਕਹਿਣ ਦਿਆ ਰਹਿਣ ਦਿੰਦੇ ਤੁਸੀਂ ਰੱਖੋ ਭੂਆ ਜੀ ਹੱਥ ਨੇ ਨਾ ਕੁਝ ਕਰਨਾ ਬੈਗ ਚੋਂ ਨਹੀਂ ਨਹੀਂ ਆਲਾ ਪੁੱਤ ਰੱਖਿਆ ਉੱਥੇ ਅੰਦਰ ਚਲੋ ਹਾਂਜੀ ਹਾਂਜੀ ਰੱਖਿਆ ਪੁੱਤ ਮੈਂ ਸੋਚਣ ਡਈ ਸਵੇਰੇ ਆਪਾਂ ਦਰਬਾਰ ਸਾਹਿਬ ਚੱਲਦੇ ਤੇ ਨਾਲੇ ਆਪਣੀ ਮਾਸੀ ਨੂੰ ਵੀ ਨਾਲ ਲੈ ਲਈ ਹਾਂਜੀ ਹਾਂਜੀ ਭੂਆ ਜੀ ਕੋਈ ਗੱਲ ਨਹੀਂ ਨਾਲੇ ਪੁੱਤ ਗੱਡੀ ਦਾ ਪ੍ਰਬੰਧ ਕਰ ਲਈ ਪੈਸੇ ਮੈਂ ਦੇ ਦੂੰਗੀ ਕੋਈ ਗੱਲ ਨਹੀਂ ਭੂਆ ਜੀ ਕਰ ਲਾਂਗੇ ਸੰਜੀਵ ਜੀ ਤੂੰ ਸਾਗ ਦੀ ਤਿਆਰੀ ਕਰ ਹਾਂਜੀ ਮੈਂ ਕਰਦੀ ਹਾਂ ਭੂਆ ਜੀ ਤੁਸੀਂ ਰੈਸਟ ਕਰ ਲਓ ਹਾਂ ਠੀਕ ਆ ਪੁੱਤ ਹਾਂਜੀ ਮਾਸੀ ਜੀ ਕੀ ਕਰਨ ਲੱਗੇ ਜੇ ਧੀਏ ਮੈਂ ਮੰਜਾ ਡਾ ਕੇ ਤੇ ਥੋੜਾ ਜਿਹਾ ਲੱਕ ਸਿੱਧਾ ਕਰ ਲਾਂ ਅੱਛਾ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਸੂਟ ਕਿੱਦਾਂ ਦਾ ਲੱਗਾ ਤੁਹਾਨੂੰ ਧੀਏ ਬੜਾ ਸੋਹਣਾ ਸੂਟ ਸੀ ਮੈਂ ਭੂਆ ਜੀ ਨੂੰ ਕਹਿ ਕੇ ਨਾ ਤੁਹਾਨੂੰ ਸੂਟ ਦਵਾਤਾ ਨਹੀਂ ਤੇ ਭੂਆ ਜੀ ਮੈਨੂੰ ਕਹਿੰਦੇ ਕਿ ਤੂੰ ਦੋ ਸੂਟ ਲੈ ਲਾ ਧੰਨਵਾਦ ਧੀਏ ਤੇਰਾ ਲੈ ਧੰਨਵਾਦ ਵਾਲੀ ਕਿਹੜੀ ਗੱਲ ਆ ਹੁਣ ਮੈਂ ਵੇਖ ਲਓ ਤੁਹਾਡੇ ਵੱਲੋਂ ਕਿੰਨਾ ਸੋਚਦੀ ਹਾਂ ਤੇ ਤੁਸੀਂ ਵੀ ਮੇਰਾ ਨਿੱਕਾ ਜਿਹਾ ਕੰਮ ਕਰ ਦਿਓ ਹਾਂ ਇੱਕ ਕਿਹੜਾ ਧੀਏ ਕੰਮ ਆ ਦੱਸ ਤੂੰ ਮਾਸੀ ਜੀ ਤੁਹਾਨੂੰ ਪਤਾ ਨਾ ਕਿ ਮੈਨੂੰ ਸਾਗ ਨਹੀਂ ਬਣਾਉਣਾ ਆਉਂਦਾ ਤੇ ਤੁਸੀਂ ਸਾਗ ਬਣਾ ਦਿਓ ਹਾਂ ਲੈ ਧੀਏ ਕਿਹੜੀ ਗੱਲ ਆ ਚੱਲ ਮੈਂ ਬਣਾ ਦਿੰਦੀ ਹਾਂ ਚਲੋ ਠੀਕ ਹੈ ਬਾਅਦ 'ਚ ਰੈਸਟ ਕਰ ਲਿਓ ਠੀਕ ਹੈ ਭੂਆ ਜੀ ਆਲੋ ਰੋਟੀ ਖਾ ਲਓ ਤੇ ਨਾਲੇ ਖਾ ਕੇ ਦੱਸੋ ਕਿੱਦਾਂ ਦਾ ਬਣਿਆ ਬੜੀ ਜਲਦੀ ਬਣਾਇਆ ਧੀਏ ਸਾਗ ਤੂੰ ਸਾਗ ਬਹੁਤ ਸਵਾਦ ਬਣਿਆ ਹਾਂਜੀ ਹਾਂਜੀ ਭੂਆ ਜੀ ਸਾਗ ਨਾ ਮੈਂ ਬਹੁਤ ਸਵਾਦ ਬਣਾਉਣੀ ਆ ਤੇ ਜਿੰਦਰ ਨੂੰ ਬਹੁਤ ਪਸੰਦ ਆ ਮੈਂ ਹਰ ਚੀਜ਼ ਨਾ ਬਹੁਤ ਵਧੀਆ ਬਣਾਉਣੀ ਆ ਫਿਰ ਤੇ ਬਹੁਤ ਵਧੀਆ ਗੱਲ ਆ ਸਵੇਰੇ ਨਾ ਟਾਈਮ ਨਾਲ ਤਿਆਰ ਹੋ ਜਿਓ ਗੁਰਦੁਆਰਾ ਸਾਹਿਬ ਜਾਣ ਨੂੰ ਠੀਕ ਹੈ ਭੂਆ ਜੀ ਹਾਂ ਲੇਟ ਨਾ ਹੋ ਜਿਓ ਹਾਂਜੀ ਕੋਈ ਗੱਲ ਨਹੀਂ ਨਹੀਂ ਲੇਟ ਹੁੰਦਾ ਤੁਸੀਂ ਖਾਓ ਰੋਟੀ ਹੈਲੋ ਉਹ ਕੀ ਹਾਲ ਚਾਲ ਆ ਵਧੀਆ ਵਧੀਆ ਤੂੰ ਸੁਣਾ ਲਾ ਅੱਜ ਕਿੱਦਾਂ ਯਾਦ ਕੀਤਾ ਜੀ ਉਹ ਯਾਦ ਕੀ ਕਰਨਾ ਵਾ ਭੂਆ ਬਾਹਰੋਂ ਆਈ ਸੀ ਤੇ ਆਈਫੋਨ ਲੈ ਕੇ ਆਈ ਉਹ ਲੈ ਯਾਰ ਮੈਨੂੰ ਇਹ ਦੱਸ ਆਈਫੋਨ ਦੀ ਐਪਲ ਆਈਡੀ ਕਿੱਦਾਂ ਬਣਦੀ ਆ ਐਪਲ ਆਈਡੀ ਤੇ ਬੜੀ ਔਖੀ ਬਣਦੀ ਆ ਤੇ ਹੋਰ ਹੈ ਇੱਦਾਂ ਥੋੜਾ ਬਣ ਜਾਂਦੀ ਆ ਪੈਸੇ ਪੂਸੇ ਲੱਗਦੇ ਆ ਪੈਸੇ ਲੱਗਦੇ ਆ ਕਿ ਐਂਡਰੋਇਡ ਥੋੜਾ ਵਾ ਆਈਫੋਨ ਹੈ ਆਈਫੋਨ ਓਹੋ ਯਾਰ ਹੁਣ ਬਣਾਉਣੀ ਤੇ ਪੈਣੀ ਹੈ ਤੇ ਚੱਲਣਾ ਹੀ ਨਹੀਂ ਡਿਆ ਇੱਦਾਂ ਚੱਲ ਤੂੰ ਟੈਨਸ਼ਨ ਨਾ ਲੈ ਇੰਝ ਕਰ ਮੇਰੇ ਕੋਲ ਯਾਰ ਦੋਸਤ ਹੈਗਾ ਮੇਰਾ ਮਨਦੀਪ ਯਾਰ ਤੇ ਉਹਨੂੰ ਕਹਿ ਕੇ ਤਾਂ ਬਣਵਾ ਦੂੰਗਾ ਮੈਂ ਤੇਰੀ ਆਈਡੀ ਫ੍ਰੀ 'ਚ ਹੀ ਯਾਰ ਬਣਾ ਦੀ ਵੇਖ ਲਾ ਮੇਰਾ ਭਰਾ ਇੰਨਾ ਕੰਮ ਕਰਦੀ ਚੰਗਾ ਆਹੋ ਆਹੋ ਚੱਲ ਠੀਕ ਹੈ ਫਿਰ ਆ ਜੀ ਫਿਰ ਹਾਂ ਚੱਲ ਠੀਕ ਹੈ ਫਿਰ ਓਕੇ 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 ਹਾਂ ਮਿਲ ਗਿਆ ਫਿਰ ਆਈਫੋਨ ਆਈਫੋਨ ਮਿਲ ਗਿਆ ਵਾ ਕਿੰਨਾ ਕੁਝ ਕਰਨਾ ਪਿਆ ਵਾ ਤੇ ਉਹ ਤਾਂ ਹੈਗਾ ਹੀ ਆ ਤੇ ਕੱਲ ਫਿਰ ਮਾਸੀ ਨੇ ਫਿਰ ਨਾਲ ਜਾਣਾ ਤੇ ਫਿਰ ਕੀ ਕਰਨਾ ਆਪਾਂ ਫਿਰ ਨਾ ਮੇਰੇ ਹਿੱਸੇ ਦਾ ਸਮਾਨ ਫਿਰ ਮਾਸੀ ਨੂੰ ਮਿਲ ਜਾਣਾ ਕੋਈ ਨਾ ਕੋਈ ਯਾਰ ਮੈਨੂੰ ਤਾਂ ਆਪ ਉਹ ਟੈਨਸ਼ਨ ਪਈ ਆ ਭੂਆ ਨੇ ਹੁਣ ਆਪ ਕਹਿ ਤਾ ਮਾਸੀ ਨੂੰ ਨਾਲ ਲੈ ਜਾਂਗੇ ਤੇ ਕੋਈ ਸਕੀਮ ਲਾਵਾਂ ਜਿੰਨਾ ਮਾਸੀ ਘਰੇ ਰਹਿ ਜੇ ਮੇਰੀ ਗੱਲ ਸੁਣ ਕੱਲ ਭੂਆ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਨਾ ਮਾਸੀ ਨੂੰ ਘਰੋਂ ਭਜਾ ਦੇਣਾ ਭਾਵੇਂ ਕਰੇ ਗੁੱਸਾ ਤੇ ਭਾਵੇਂ ਕਰੇ ਗਿਲਾ ਠੀਕ ਹੈ ਠੀਕ ਹੈ ਆਹ ਤੂੰ ਅਲਮਾਰੀ 'ਚ ਰੱਖ ਦੇ ਚੰਗਾ ਮੇਰਾ ਆਈਫੋਨ ਲਿਆ ਲਿਆ ਕੱਲ ਫਿਰ ਮੈਂ ਇਹਦੀ ਐਪਲ ਆਈਡੀ ਬਣਾ ਕੇ ਜਾਉਣਾ ਬਣਾਉਣ ਜਾਣਾ ਵਾ ਠੀਕ ਹੈ ਚੱਲ ਆ ਜਾ ਫਿਰ ਚਲ ਯਾਰ ਕੀ ਕੰਬਲ ਖਿੱਚੀ ਜਾਣ ਦੀ ਤੂੰ ਤੁਸੀਂ ਖਿੱਚਣ ਦੇ ਜਾਂ ਕੰਬਲ ਮੈਨੂੰ ਠੰਡ ਲੱਗਣ ਦੀ ਆ ਮੈਂ ਮੈਨੂੰ ਵੀ ਠੰਡ ਲੱਗਣ ਦੀ ਆ ਜਾ ਦੇਖੋ ਕੌਣ ਆਇਆ ਬਾਹਰ ਜਾ ਤੂੰ ਵੇਖ ਯਾਰ ਮੈਨੂੰ ਨੀਂਦ ਆਉਣ ਦੀ ਆ ਮੈਂ ਨਹੀਂ ਜਾਣਾ ਮੈਨੂੰ ਨੀਂਦ ਯਾਰ ਵੇਖ ਲਾ ਹਾਂ ਜਾ ਨਾ ਸੌਣ ਨਹੀਂ ਨਾ ਕੋ ਜਾ ਦੇਖ ਕੌਣ ਆ ਪਹਿਲਾਂ ਕੰਬਲ ਖਿੱਚੀ ਜਾਂਦੇ ਆ ਹਾਂਜੀ ਮਾਸੀ ਜੀ ਕੀ ਹੈ ਮੈਂ ਨਾ ਬਾਥਰੂਮ 'ਚ ਗਈ ਸੀ ਤੇ ਟੂਟੀਆਂ 'ਚ ਪਾਣੀ ਨਹੀਂ ਆਉਣ ਡਿਆ ਤੇ ਮੈਨੂੰ ਮੋਟਰ ਚਲਾ ਦੇ ਹਾਂ ਮੈਨੂੰ ਪਤਾ ਨਹੀਂ ਕਿੱਥੋਂ ਚੱਲਦੀ ਆ ਠੀਕ ਚਲਾ ਦਿੰਦੀ ਮੈਂ
उठ जाओ, 8 बज गए है। मासी ही बार मोटर चलाने लिए गया है। अच्छा अच्छा, तो नाले उठ जाओ ना, दरबार साहब नहीं जाना, चेता भूल गया। ओहो, आहो सच दरबार साहब जाना यार। भूआ ने कल क्या भी टाइम से उठ जाओ, तो नाले मासी का की करना होना। आहो यार, मासी का की करना है। एक मिनट रुको, मैं ना पहले वेख के आनी भूआ सुता है कि नहीं। जा वेख के आ। हाय रब्बा, किन्नी की नींद आँदी है, उठ जाओ ना, भूआ सुती है। तुहानू पता है भूआ दे उठन तो पहले पहले मासी नूं घरों कढ़ना आपां। जे मासी अज फिर नाल चल गई ना, तो मेरा ही चदर दा समान ना फिर मासी नूं मिल जाना वा, तो मैं ये नहीं चाहती हैगी। आपां शॉपिंग भी करनी उत्थे भूआ दे पैसों ते। कोई स्कीम तो लाउणी पैणी यार फिर। तुसीं नहीं सोचा कुछ, मासी ने किदा कढ़ी है घरों? मैं ना घड़ी के सौ जाना है, की पता कोई सुपना आई, तो सुपने च वधिया जी स्कीम आ जाए। तो ही ना रहन दो अपने सुपने, मैनू पता ही सौंदे बहाने लभदे रहिंदे जे। मैं हां सोच रही हां कुछ। चल सोच यार फिर, तू मैं तैयार होना है। उठो फिर। मासी ने होना बना के बाहर, तो मासी ने दिनी बना के चाह बेच पानी मिठा सोडा। आप जो मासी का पेट खराब होया ना, तो फिर आप मासी ने कह देंगे तनु इत हवा पानी नहीं सूट किया, तो तू अपने पिंड ही चल जा। चल चाह तो धरती हूं, फटाफट मासी नहा के आ जाए बस, फिर होगा मजा। मासी चाह बना दी संदीप ने, पहले चाह ही पी लेना घट। चाय बड़ी स्वाद बनाई संदीप ने अज। संदीप, संदीप, हाँ जी दसो, मैं आवाज मार के आप बाथरूम भज गए जे। यार तू पहले मैं ये दस, जी चाह बना के रखी हो तो की पाया ही उस पाया? मैं मिठा सोडा मासी वास्ते, बस मासी ना कहते ना, तो मैं मासी ने पिया दिनी चाह। चाह तो मैं पी ली आ। मासी उपर कोठे कपड़े सुकने पाउन गए। मासी नूं धक्के मार के बाहर कढ़ी यार, की मासी ने दुखी किया? ओह तो ठीक है, पर भूआ ने जे देख लिया फिर। नहीं देखती भूआ, चल आ चलिए। चलो तजिंदर।
मैं ना तुहाडियां सारियां गल्लां सुन लिया वा। तुसीं इन्ना माड़ा करन लई विचारी गरीबणी ना, जे तुहाडे कोल आ ही गई चार दिन भी चल मैं अखां उत्थे विखा लैनी, तुहाडा आसरा तकिया उहने भी चलो मेरा भणेवा उत्थे हैगा ते मैं उहदे कोल जाके ते अखां विखा लैनी आ, ते तुसीं की करतूत करन लई जे? बजुर्गां दा ना सत्कार करीदा वा, इदां माड़ी सोच नहीं सोची दी। मैनूं इह वी पता लग गया तुसीं मेरे अगे पिछे क्यों भजदे जो, क्यों मेरी सेवा च लगे जे? तुसीं मेरे पिछे नहीं मेरे पैसे दे पिछे घूमदे जे, ता ही इन्ना अगे पिछे दौड़े फिरदे तुसीं। बोलो हुण, बोलदे क्यों नहीं कुछ? हुण नीवी पा के खलोगे जे? पुत मैं तां इह सोचण डई आ वी अज मैं बाहरों आई हाँ, चार पैसे मेरे कोल वा ते मेरी तुसीं सेवा च लगे जे, ते जे मैं भी इदां तेरी मासी वांगू किसे पिंड चों आई हुंदी तुहाडे कोल चार दिन आ जांदी आसरा तक के, ते तुसीं मेरे नाल वी इहो कुछ करना है जो मासी ना करन डए जो? इन्ना लालच चंगा नहीं हुंदा जिहड़ा करदे तुसीं। पुत इन्ने वी लालची ना बणो, रिश्तियां दी कदर करनी भुल जाओ। ਭੂਆ ਜੀ ਸਾਨੂੰ ਮਾਫ ਕਰ ਦਿਓ, ਸਾਡੇ ਕੋਲ ਬੜੀ ਵੱਡੀ ਗਲਤੀ ਹੋ ਗਈ। ਅਸੀਂ ਤਾਂ ਲਾਲਚੀ ਬਣ ਗਏ ਭੂਆ ਜੀ, ਤੇ ਚੱਲ ਭੂਆ ਬਾਹਰੋਂ ਆਈ ਆ ਤੇ ਆਈਫੋਨ ਵਗੈਰਾ ਲੈ ਕੇ ਆਈ ਹੋਣੀ ਭੂਆ। ਤੇ ਮਾਸੀ ਨੇ ਸਾਨੂੰ ਕੀ ਦੇਣਾ? ਮਾਸੀ ਜੀ ਸਾਨੂੰ ਮਾਫ ਕਰ ਦਿਓ, ਸਾਡੇ ਕੋਲ ਗਲਤੀ ਹੋ ਗਈ ਮਾਸੀ ਜੀ। ਕਾਹਦੀ ਮਾਫੀ ਪੁੱਤ? ਮਾਸੀ ਜੀ ਅਸੀਂ ਤੁਹਾਡੀ ਬਹੁਤ ਬੇਕਦਰੀ ਕੀਤੀ, ਅੱਜ ਨਾ ਸਾਰਿਆਂ ਨੇ ਦਰਬਾਰ ਸਾਹਿਬ ਜਾਣਾ ਸੀਗਾ, ਭੂਆ ਜੀ ਨੇ ਕਿਹਾ ਸੀ, ਪਰ ਅਸੀਂ ਸਲਾਹ ਬਣਾਈ ਸੀ ਦੋਵਾਂ ਨੇ ਵੀ ਮਾਸੀ ਨੂੰ ਨਾਲ ਹੀ ਲਿਆ ਕੇ ਜਾਣਾ ਕਿਸੇ ਤਰੀਕੇ ਘਰੋਂ ਬਾਹਰ ਕੱਢੀਏ, ਕਿਉਂਕਿ ਪਹਿਲਾਂ ਵੀ ਤੁਹਾਨੂੰ ਭੂਆ ਨੇ ਸੂਟ ਦਵਾ ਦਿੱਤਾ ਸੀਗਾ, ਅਤੇ ਸਾਨੂੰ ਲੱਗਦਾ ਸੀਗਾ ਕਿ ਜੇ ਦਰਬਾਰ ਸਾਹਿਬ ਚੱਲ ਗਏ ਤਾਂ ਫਿਰ ਮਾਸੀ ਨੂੰ ਸਾਡੇ ਹਿੱਸੇ ਦਾ ਵੀ ਸਮਾਨ ਭੂਆ ਨੇ ਦਵਾ ਦੇਣਾ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹਿੱਸੇ ਦਾ ਸਮਾਨ ਨਾ ਫਿਰ ਤੁਹਾਨੂੰ ਮਿਲ ਜਾਏ ਜਿੱਦਾਂ ਸੂਟ ਮਿਲ ਗਿਆ ਸੀ। ਪੁੱਤ ਮੈਨੂੰ ਚੀਜ਼ਾਂ ਦਾ ਕੋਈ ਲਾਲਚ ਨਹੀਂ ਆ, ਮੈਂ ਤਾਂ ਆਪਣੀਆਂ ਅੱਖਾਂ ਵਿਖਾਉਣ ਆਈ ਸੀ। ਮਾਸੀ ਜੀ ਸਾਨੂੰ ਮਾਫ਼ ਕਰ ਦਿਓ। ਚਲੋ ਜੇ ਤੁਸੀਂ ਆਪਣੀ ਗਲਤੀ ਮੰਨ ਹੀ ਲਈ ਹੈ ਨਾ, ਚਲੋ ਫਿਰ ਸਾਰੇ ਚੱਲੀਏ ਗੁਰੂ ਘਰ। ਭੈਣ ਜੀ ਤੁਸੀਂ ਵੀ ਤਿਆਰ ਹੋਵੋ, ਚੱਲੀਏ। ਹਾਂਜੀ ਹਾਂਜੀ ਮਾਸੀ ਜੀ, ਚਲੋ ਮਾਸੀ ਜੀ ਚਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੇ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ, ਤੇ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਕਿਤੇ ਰੈਡ ਕਲਰ ਦਾ ਬਟਨ ਹੋਏਗਾ ਉਸ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ, ਤੇ ਜੇ ਵੀਡੀਓ 'ਚ ਕੋਈ ਕਮੀ ਲੱਗਦੀ ਹੋਏ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ। ਹਾਂਜੀ ਇੰਨੀ ਕੁ ਹੈਲਪ ਸਾਡੀ ਜ਼ਰੂਰ ਕਰਿਓ। ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਪਣਾ ਖਿਆਲ ਰੱਖਿਓ।